ਤਰਨਤਾਰਨ ਦੇ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਕੀੜੀਆਂ ਵਿਖੇ ਸਾਬਕਾ ਸਰਪੰਚ ਦੇ ਪਰਿਵਾਰ ਨੂੰ ਰਾਤ ਸਮੇਂ ਕੁਝ ਹਥਿਆਰਬੰਦ ਵਿਅਕਤੀਆਂ ਨੇ ਘਰ ਵਿੱਚ ਹੀ ਬੰਦੀ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਸਾਬਕਾ ਸਰਪੰਚ ਗੁਰਮੇਲ ਸਿੰਘ ਦੀ ਪਤਨੀ ਰਵਿੰਦਰਜੋਤ ਕੌਰ ਨੇ ਦੱਸਿਆ ਕਿ ਉਹ ਅਤੇ ਉਸਦੇ ਬੱਚੇ ਕਮਰੇ ਵਿੱਚ ਸੁੱਤੇ ਪਏ ਸਨ। ਤਕਰੀਬਨ ਰਾਤ ਦੇ 2 ਵਜੇ ਕਰੀਬ 5-6 ਨਕਾਬਪੋਸ਼ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਉਹਨਾਂ ਦੇ ਘਰ 'ਚ ਦਾਖਲ ਹੋ ਗਏ ਅਤੇ ਹਥਿਆਰ ਦੀ ਨੋਕ 'ਤੇ ਹੀ ਉਹਨਾਂ ਨੂੰ ਬੰਦੀ ਬਣਾ ਲਿਆ। ਘਰ ਵਿੱਚ ਪਈ ਅਲਮਾਰੀ ਨੂੰ ਤੋੜ ਕੇ ਉਹਨਾਂ ਨੇ 1,70,000 ਅਤੇ ਸੋਨੇ ਦੇ ਗਹਿਣਿਆਂ 'ਤੇ ਹੱਥ ਸਾਫ਼ ਕਰ ਦਿੱਤਾ। ਪੀੜਿਤ ਔਰਤ ਨੇ ਦੱਸਿਆ ਕਿ ਉਸਦੇ ਪਤੀ ਨੂੰ ਹਾਰਟ ਅਟੈਕ ਪੈਣ ਕਰਕੇ 1 ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਪੁਲਿਸ ਨੂੰ ਇਸ ਚੋਰੀ ਦੀ ਇਤਲਾਹ ਦੇ ਦਿੱਤੀ ਗਈ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜ ਕੇ ਕਾਰਵਾਈ ਕੀਤੀ ਜਾਵੇ। ਗੱਲ ਭਾਅ ਜੀ, ਅਸੀਂ ਸੁੱਤੇ ਪਏ ਹਾਂ, ਮਾੜਾ ਜਿਹਾ ਖੜਕਾ ਹੋਇਆ ਬਾਹਰ, 2 ਦਾ ਟਾਈਮ ਸੀ। ਮੈਂ ਕੱਲ੍ਹ ਬਾਹਰ ਨਿਕਲ ਕੇ ਮੈਂ ਕਿਹਾ ਵੀ ਨਹੀਂ ਕਰੇ ਕੋਈ ਡੰਗਰ ਖੁੱਲ੍ਹਾ। ਜਦੋਂ ਮੈਨੂੰ ਖੜਕਾ ਸੁਣਿਆ, ਜਿਵੇਂ ਮੰਜੇ 'ਤੇ ਬੈਠੀ ਹਾਂ, ਪਹਿਲਾਂ ਮੋਬਾਈਲ 'ਤੇ ਟਾਈਮ ਵੇਖਿਆ, ਇੰਨੇ ਚਿਰ ਨੂੰ ਉਹਨਾਂ ਨੇ ਆ ਸਾਡੀਆਂ ਖਿੜਕੀਆਂ ਤੋੜ ਦਿੱਤੀਆਂ, ਅੰਦਰ ਆ ਗਏ। ਅੰਦਰ ਲੱਭੂਗਾ ਨਹੀਂ ਸੀ ਲੱਗਾ, ਖਿੜਕੀਆਂ ਲੱਗੀਆਂ। ਮੈਂ ਬਾਥਰੂਮ ਕਰਕੇ ਗਈ ਹਾਂ, ਪਹਿਲਾਂ ਮੇਰੀ ਗੁੱਡੀ ਗਈ। ਜਦੋਂ ਅਸੀਂ ਅੰਦਰ ਗਏ ਹਾਂ, ਮੈਂ ਜਦੋਂ ਵੇਖਿਆ, ਮੈਂ ਕਿਹਾ ਇਹ ਦੜਦੜ ਕਰਦੇ ਕੋਈ ਚਾਂਸ ਬਣ ਗਿਆ। ਮੈਂ ਤਾਂ ਫੋਨ ਫੜਿਆ, ਫੋਨ ਕਰਨ ਲੱਗੀ, ਉਹਨਾਂ ਨੇ ਮੈਨੂੰ ਸੁੱਟ ਕੇ ਮੇਰੇ ਹੱਥੋਂ ਮੂੰਹ ਵੀ ਖਿੱਚ ਕੇ ਲੈ ਗਏ ਆ। ਫਿਰ ਮੇਰੇ ਬੱਚਿਆਂ ਨੂੰ ਮੈਂ ਉਠਾਇਆ, ਮੇਰੇ ਬੱਚਿਆਂ ਨੇ ਨਾ ਬਈ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜ਼ਬਰਦਸਤੀ, ਉਹਨਾਂ ਨੂੰ ਝਪੱਟੇ, ਤਿੰਨੇ ਬੱਚੇ ਮੇਰੇ, ਮੈਂ ਵੀ ਝਪੱਟੀ, ਵੀ ਉਹਨਾਂ ਦੇ ਮੂੰਹ ਨੰਗੇ ਕਰੀਏ, ਵੇਖੀਏ ਵੀ ਕੋਈ ਪਿੰਡ ਦਾ ਵਾ ਜਾਂ ਕੌਣ ਆ, ਸਾਨੂੰ ਮਾੜਾ ਮੋਟਾ ਸਬੂਤ ਮਿਲ ਜਾਵੇ। ਪਰ ਸਾਨੂੰ ਨਾ ਉਹਨਾਂ ਨੇ ਆਪਦੇ ਮੂੰਹ ਦੇ ਉੱਤੋਂ ਲਾਉਣ ਨਹੀਂ ਦਿੱਤੇ, ਨਕਾਬ ਨਹੀਂ ਲਾਉਣ ਦਿੱਤੇ। ਕਿੰਨੇ ਵਿਅਕਤੀ ਸੀ? ਉਹ 6 ਜਣੇ ਸੀ ਅੰਦਰ। ਕੋਈ ਹਥਿਆਰ ਕਿਹੜੇ ਕਿਹੜੇ? ਹਥਿਆਰ ਉਹਨਾਂ ਦੇ ਕੋਲ, ਦੋਵਾਂ ਦੇ ਕੋਲ ਤੇ ਤਲਵਾਰਾਂ ਹੀ ਨੰਗੀਆਂ, 1 ਕੋਲ ਲੰਮਾ ਬਰਸ਼ਾ, 1 ਕੋਲ ਪਿਸਤਲ ਵੀ ਸੀ। ਕੋਈ ਇਸ ਦੀ ਇਤਲਾਹ ਦਿੱਤੀ ਕੋਈ ਥਾਣੇ? ਅਸੀਂ ਦਿੱਤੀ ਸੀ ਇਤਲਾਹ ਪਹਿਲਾਂ ਤਾਂ ਤਕਰੀਬਨ, ਅਸੀਂ 3 ਵਜੇ ਸਾਨੂੰ ਉਹਨਾਂ ਨੇ ਅੰਦਰੋਂ ਕੱਢਿਆ। ਜਦੋਂ ਉਹ ਅੰਦਰ ਵੜ ਗਏ ਆ, ਅੰਦਰ ਵੜ ਕੇ ਉਹਨਾਂ ਨੇ ਸਾਡਾ ਅੰਦਰੋਂ ਬੂਹਾ ਲਾ ਲਿਆ ਵਾ, ਹੱਥੋਂ ਜਫਰੀ ਹੋਏ ਆ। ਜਦੋਂ ਸਾਡੇ ਵੱਸ ਦੀ ਗੱਲ ਨਹੀਂ, ਸਾਨੂੰ ਇਹੋ ਇਹਨਾਂ ਨੇ ਆਖਿਆ ਵੀ ਜੇ ਜਾਨ ਪਿਆਰੀ ਆ ਤਾਂ ਤੁਹਾਨੂੰ ਵੀ ਕੀ ਪਿਆਰਾ ਵਾ। ਕੀ ਚੋਰੀ ਹੋਇਆ ਤੁਹਾਡੇ? ਸਾਡਾ ਮੇਰਾ ਤਾਂ 1,70,000 ਰੁਪਈਆ ਚੋਰੀ ਹੋਇਆ, ਅਤੇ 1 ਮੇਰਾ 12 ਤੋਲੇ ਗਹਿਣਾ ਚੋਰੀ ਹੋਇਆ। ਸਿਰਫ ਅਸੀਂ ਵੀ, ਮੇਰੇ ਹਸਬੈਂਡ ਨੂੰ ਅਟੈਕ ਹੋਇਆ ਸੀ ਅਤੇ ਅਸੀਂ ਪੈਸੇ ਘਰ ਰੱਖੇ ਸੀ, ਉਹ ਹਸਪਤਾਲ ਦੇ ਵਿੱਚ ਐਡਮਿਟ ਆ, ਅਤੇ ਸਾਡਾ ਕੋਈ, ਸਾਨੂੰ ਕੋਈ ਪੇਤੀ ਹੀ ਪੈ ਗਿਆ ਜਾਂ ਕੁਛ ਵੀ ਕਹਿ ਲਓ, ਵੀ ਸਾਨੂੰ ਪਤਾ ਨਹੀਂ ਵੀ ਕਿਸ ਤਰ੍ਹਾਂ ਸਾਡੇ ਨਾਲ ਗੱਲ ਬਣੀ ਜਾਂ ਕਿੱਦਾਂ ਨਹੀਂ ਬਣੀ। ਪਰ ਸਾਨੂੰ 2 ਵਜੇ ਦੇ ਅੰਦਰ ਵੜੇ, ਜਦੋਂ ਅਸੀਂ 3 ਵਜੇ ਸਾਨੂੰ ਅੰਦਰੋਂ ਬੂਹਾ ਲਾ ਕੇ ਉਹ ਬਾਹਰ ਨਿਕਲ ਕੇ ਭੱਜ ਗਏ। ਮਾਰਦਾਰ ਵੀ ਅਸੀਂ ਸੁੱਤੇ ਪਏ ਸੀ, ਕੋਈ 1:30 ਦਾ ਟਾਈਮ ਇਹ, ਅਤੇ ਸਾਡੇ ਗੁਆਂਢ ਵੀ ਬਾਹਰ ਰੌਲਾ ਪਿਆ ਵਾ, ਬੰਦੇ ਪੈ ਗਏ, ਬੰਦੇ ਪੈ ਗਏ। ਜਦੋਂ ਅਸੀਂ ਉੱਠ ਕੇ ਤਾਂ ਜਨਾਨੀ 'ਚ ਜਾਗਦੀ ਪਈ ਸੀ, ਅਤੇ ਉਹਨੇ ਜਦੋਂ ਰੌਲਾ ਪਾਇਆ ਤਾਂ ਉਹਦੇ ਚਿਹਰੇ ਬੰਦੇ 2, ਜਦੋਂ ਉਹਨੇ ਅੰਦਰੋਂ ਰੌਲਾ ਪਾਇਆ ਉੱਧਰੋਂ ਭੱਜ ਕੇ, ਅਤੇ ਭੱਜ ਗਏ ਜਦੋਂ ਬਾਹਰ ਆਏਗੇ, ਇੱਕ ਪਾਸੇ ਕੋਈ ਪਤਾ ਨਹੀਂ, ਉੱਧਰੋਂ ਪਿੰਡ ਦੇ ਵਿੱਚ ਬੰਨੇ ਆਣ ਕੇ, ਫਿਰ ਇੱਧਰ ਆਪਣੇ ਸਾਕਾ ਸਰਪੰਚ ਦੇ ਘਰ ਆਣ ਕੇ, ਇੱਧਰ ਉਹਨਾਂ ਫਿਰ ਇਹਨਾਂ ਦੇ ਘਰ ਕੰਧਾਂ ਟੱਪ ਕੇ ਆਏ ਆ, ਅਤੇ ਅੰਦਰ ਗਏ ਅਤੇ ਮੁੰਡੀਆਂ ਤੋੜ ਕੇ ਅੰਦਰ ਵੜ ਕੇ ਇਹਨਾਂ ਨੂੰ ਅੰਦਰ ਬੰਦੀ ਬਣਾ ਕੇ, ਅਤੇ ਇੱਕ ਕਮਰੇ 'ਚ ਬੰਦ ਕਰਕੇ, ਫਿਰ ਚੋਰੀ ਦਾ ਨਾਲ ਦਾ ਨਹੀਂ ਜਾਣ ਦਿੱਤਾ। ਅਲਮਾਰੀ 'ਚੋਂ ਕੈਸ਼ ਗਹਿਣੇ ਯਾਰ ਸਮਾਨ ਕੱਢ ਕੇ, ਬਾਕੀ ਇੱਕ ਟਰੰਕ ਦੂਜੇ ਕਮਰੇ 'ਚ ਚੁੱਕ ਕੇ ਬਾਹਰ ਸ਼ੈੱਡ 'ਚ ਲਿਆ ਕੇ ਉਹਨੂੰ ਤੋੜਿਆ ਗਿਆ, ਉਹਦੇ ਵਿੱਚੋਂ ਵੀ ਕੁਛ ਕੈਸ਼ ਵਗੈਰਾ ਕੱਢਿਆ ਗਿਆ। ਨਿਰਪੱਖ ਪੋਸਟ ਲਈ ਖਡੂਰ ਸਾਹਿਬ ਤੋਂ ਰਵੀ ਖਹਿਰਾ ਦੀ ਰਿਪੋਰਟ।